ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਅੱਜ ਕੱਲ੍ਹ ਹਰ ਇੱਕ ਬਜ਼ਾਰੀ ਚੀਜ਼ ਵਿੱਚ ਮਿਲਾਵਟ ਹੁੰਦੀ ਹੈ, ਕਈ ਤਰ੍ਹਾਂ ਦੇ ਕੈਮੀਕਲ ਪਾਏ ਜਾਂਦੇ ਹਨ ਜੋ ਕਿ ਸਾਡੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੁੰਦੇ ਹਨ। ਵੀਡੀਓ ਵਿੱਚ ਵੀਰ ਨੇ ਇੱਕ ਬਜ਼ਾਰੀ ਤੇਲ ਅਤੇ ਘਰ ਦੇ ਤੇਲ ਉੱਪਰ ਇੱਕ ਟੈਸਟ ਕੀਤਾ ਜਿਸ ਦੇ ਨਤੀਜੇ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਤੁਸੀਂ ਵੀ ਇਸ ਵੀਡੀਓ ਵਿੱਚ ਦੇਖੋ ਕੀ ਹੋਇਆ। ਅਕਸਰ ਹੀ ਆਪਾਂ ਸੋਸ਼ਲ ਮੀਡੀਆ 'ਤੇ ਦੇਖਦੇ ਹਾਂ ਕਿ ਸਰੋਂ ਦਾ ਤੇਲ ਹੋ ਗਿਆ ਜਾਂ ਕੋਈ ਹੋਰ ਵੀ ਚੀਜ਼ਾਂ ਹੋਣ, ਉਹ ਅਸਲੀ ਜਾਂ ਨਕਲੀ ਚੈੱਕ ਕਰਨ ਲਈ ਕਈ ਵੀਡੀਓ ਪਾਈਆਂ ਜਾਂਦੀਆਂ। ਇਸ ਨੂੰ ਦੇਖਦੇ ਹੋਏ ਆਪਾਂ ਵੀ ਘਰ ਆਪਣੇ ਸਰੋਂ ਦਾ ਤੇਲ ਸੀ ਅਤੇ ਇੱਕ ਬਾਜ਼ਾਰੋਂ ਲਿਆਂਦਾ ਤੇਲ ਸੀ, ਆਪਾਂ ਵੀ ਸੋਚਿਆ ਕਿ ਚੈੱਕ ਕੀਤਾ ਜਾਵੇ ਕਿ ਇੱਦਾਂ ਕੋਈ ਰਿਜ਼ਲਟ ਮਿਲਦਾ ਵਾ, ਅਸਲੀ ਜਾਂ ਨਕਲੀ ਦਾ ਪਤਾ ਲੱਗਦਾ ਜਾਂ ਨਹੀਂ ਲੱਗਦਾ। ਅਤੇ ਆਹ ਇੱਕ ਆਪਾਂ ਲੈ ਲਿਆ ਘਰ ਦਾ ਦੇਸੀ ਤੇਲ ਜਿਹੜਾ ਘਰ ਦੀ ਸਰੋਂ ਦਾ ਬਣਾਇਆ ਸੀ, ਤਾਂ ਆਹ ਆਪਾਂ ਜਿਹੜਾ ਬਾਜ਼ਾਰ ਤੋਂ ਲਿਆਂਦਾ ਸੀ ਜੋ ਕਿ ਸਾਡੇ ਇੱਥੇ ਜੰਡਿਆਲਾ ਗੁਰੂ ਤਾਂ ਮਸ਼ਹੂਰ ਆ, ਦੋ ਘੋੜਾ ਬ੍ਰਾਂਡ, ਅਤੇ ਕੁਝ ਤੇਲ ਆਪਾਂ ਇਹਦੇ 'ਚੋਂ ਲਵਾਂਗੇ ਅਤੇ ਕੁਝ ਆਪਾਂ ਆਪਣਾ ਦੇਸੀ ਤੇਲ ਇਹ ਦੋਵਾਂ ਬੋਤਲਾਂ 'ਚ ਪਾਵਾਂਗੇ। ਅਤੇ ਆਪਾਂ ਲੈ ਲਿਆ ਜਿਹੜਾ ਬਾਜ਼ਾਰੋਂ ਤੇਲ ਲਿਆ, ਆਹ ਜਿਹੜਾ ਆਪਣਾ ਘਰ ਦੀ ਦੇਸੀ ਸਰੋਂ ਦਾ ਬਣਾਇਆ ਤੇਲ। ਦੋਵੇਂ ਆਪਾਂ ਬਰਾਬਰ ਮਾਤਰਾ 'ਚ ਲੈ ਲਏ ਆ, ਇਹਨਾਂ ਨੂੰ ਹੁਣ ਆਪਾਂ ਫਰਿੱਜ 'ਚ ਰੱਖਾਂਗੇ। ਘਰ ਵਾਲੇ ਤੇਲ 'ਤੇ ਆਪਾਂ ਇੱਕ ਨਿਸ਼ਾਨੀ ਲਾ ਲਈ ਆ ਤਾਂ ਜੋ ਆਪਾਂ ਨੂੰ ਰਲਣਾ ਜਾਣ ਕੇ ਕਿਹੜਾ ਘਰ ਦਾ ਸੀ ਅਤੇ ਕਿਹੜਾ ਬਾਜ਼ਾਰੀ ਤੇਲ ਸੀ। ਫਰਿੱਜ 'ਚ ਰੱਖ ਕੇ ਫਿਰ ਆਪਾਂ ਵੇਖਾਂਗੇ ਵੀ ਆ ਦੋਵੇਂ ਬੋਤਲਾਂ ਆਪਾਂ ਫਰਿੱਜ ਦੇ ਇਹ ਖਾਨੇ 'ਚ ਰੱਖਤੀਆਂ। ਹੁਣ ਆਪਾਂ ਕੋਈ 7 ਤੋਂ 8 ਘੰਟੇ ਬਾਅਦ ਦੇਖਾਂਗੇ ਕਿ ਇਹ ਜਿਨ੍ਹਾਂ 'ਚੋਂ ਕਿਹੜਾ ਜੰਮਦਾ ਅਤੇ ਕਿਹੜਾ ਸਹੀ ਰਹਿੰਦਾ। ਸੱਤ ਤੋਂ ਅੱਠ ਘੰਟੇ ਫਰਿੱਜ 'ਚ ਰੱਖਣ ਤੋਂ ਬਾਅਦ ਆ ਰਿਜ਼ਲਟ ਤੁਹਾਡੇ ਸਾਹਮਣੇ ਆ। ਆਹ ਜਿਹੜਾ ਆਪਣੇ ਘਰ ਦਾ ਹੀ ਸਰੋਂ ਦਾ ਤੇਲ ਸੀ, ਬਿਲਕੁਲ ਵੀ ਜਿਹੜਾ ਜੰਮਿਆ ਨਹੀਂ ਦੇਖ ਸਕਦਾ ਤੁਹਾਨੂੰ। ਅਤੇ ਆਹ ਜਿਹੜਾ ਆਪਾਂ ਕੋਲੂ ਤੋਂ ਲਿਆਂਦਾ ਤੇਲ ਸੀ ਜਿਹੜਾ ਕਿ ਬਿਲਕੁਲ ਵੀ ਹਿੱਲ ਨਹੀਂ ਰਿਹਾ, ਪੂਰਾ ਜੰਮਿਆ ਹੋਇਆ ਵੇਖੋ। ਆਹ ਵੇਖੋ ਇਹ ਜਿਹੜਾ ਆਪਾਂ ਕੋਲੀ ਤੋਂ ਲਿਆਂਦਾ ਦੋ ਘੋੜਾ ਬ੍ਰਾਂਡ ਜਿਹੜਾ ਕਿ ਆਪਣੇ ਬਹੁਤ ਮਸ਼ਹੂਰ ਆ, ਇੱਕ ਬੂੰਦ ਤੱਕ ਵੀ ਨਹੀਂ ਇਹਨਾਂ ਦੀ ਬਣ ਰਹੀ। ਕਿਉਂਕਿ ਕਿਹਾ ਜਾਂਦਾ ਕਿ ਜਿਹੜਾ ਪਿਓਰ ਤੇਲ ਹੁੰਦਾ ਵਾ ਉਹ ਜਿੰਨੀ ਮਰਜ਼ੀ ਤੁਸੀਂ ਠੰਡ 'ਚ ਰੱਖ ਦਿਉ ਜੰਮਦਾ ਨਹੀਂ ਆ, ਜੇ 'ਚ ਥੋੜ੍ਹੀ ਮਿਲਾਵਟ ਹੁੰਦੀ ਆ ਜਾਂ ਨਕਲੀ ਜੋ ਕਹਿ ਲਓ ਉਹ ਜੰਮ ਜਾਂਦਾ। ਹੁਣ ਆਪਾਂ ਕੋਈ ਇਹਨਾਂ 'ਤੇ ਇਲਜ਼ਾਮ ਨਹੀਂ ਲਗਾਉਂਦੇ ਕਿ ਇਹਨਾਂ ਨੇ ਮਿਲਾਵਟ ਕੀਤੀ ਹੋਊਗੀ ਜਾਂ ਕੁਝ ਇਹ 'ਚ ਪਾਇਆ ਹੋਊਗਾ, ਪਰ ਕਾਰਨ ਇਹ ਆ ਕਿ ਜੇ ਆਹ ਘਰ ਦੀ ਸਰੋਂ ਦਾ ਤੇਲ ਨਹੀਂ ਜੰਮਿਆ ਫਿਰ ਇਹ ਜੰਮ ਕਿਉਂ ਗਿਆ? ਇਹਦੇ 'ਚ ਕੁਝ ਤਾਂ ਅਜਿਹਾ ਹੋਊਗਾ ਨਾ ਜਿਹੜਾ ਇਹ ਜੰਮ ਗਿਆ, ਕੀ ਕਾਰਨ ਹੋ ਸਕਦਾ? ਆਹ ਦੇਖੋ ਘਰ ਦੀ ਸਰੋਂ ਦਾ ਤੇਲ ਕਿਤੇ ਵੀ ਜੰਮਿਆ ਨਹੀਂ, ਪੂਰਾ ਤੇਲ ਨਿਕਲੂਗਾ ਇਹਦੇ 'ਚ। ਆਹ ਜਿਹੜਾ ਬਾਜ਼ਾਰ ਤੋਂ ਲਿਆਂਦੀ ਸਰੋਂ ਦਾ ਤੇਲ, ਸਰੋਂ ਦਾ ਨਹੀਂ ਸੋਰੀ ਤੇਲ ਹੀ ਕਹਿ ਲਓ, ਆਹ ਵੇਖ ਲਓ, ਆਹ ਵੇਖੋ
ਪੂਰੀ ਤਰ੍ਹਾਂ ਜੰਮਿਆ, ਇੱਕ ਬੂੰਦ ਤੱਕ ਵੀ ਨਹੀਂ ਨਿਕਲ ਰਹੀ। ਆਹ ਵੇਖੋ, ਆ ਜੇ ਬਜ਼ਾਰੀ ਤੇਲ, ਆ ਵੇਖੋ ਕੀ ਨਿਕਲ ਰਿਹਾ ਜੇ। ਆਹ ਕੁਛ ਨਿਕਲ ਰਿਹਾ ਜੇ ਵੇਖੋ, ਜਿਹੜੀਆਂ ਆਪਾਂ ਵੀਡੀਓ ਵੇਖਦੇ ਸੀ ਉਹ ਕਹਿੰਦੇ ਸੀ ਕਿ ਸ਼ਾਇਦ ਇਹ 'ਚ ਪਾਮ ਆਇਲ ਮਿਲਾਉਂਦੇ ਆ ਜਾਂ ਪਤਾ ਨਹੀਂ ਕੀ। ਹੁਣ ਆਪਾਂ ਨਹੀਂ ਕਹਿ ਸਕਦੇ ਕੀ ਮਿਲਾਇਆ ਕੀ ਨਹੀਂ, ਪਰ ਰਿਜ਼ਲਟ ਤੁਹਾਡੇ ਸਾਹਮਣੇ ਆ ਵੀ ਘਰ ਦੀ ਸਰ੍ਹੋਂ ਦਾ ਤੇਲ ਵੀ ਉਹਨੇ ਟੈਂਪਰੇਚਰ 'ਚ ਉਸੇ ਫਰਿੱਜ 'ਚ ਰੱਖਿਆ, ਉਹ ਪੂਰਾ ਉੱਦਾਂ ਦਾ ਉੱਦਾਂ ਹੀ ਆ। ਪਰ ਇਹ ਵਾ, ਇਹ ਵਾਲਾ ਕਿਉਂ ਜੰਮ ਗਿਆ? ਆਹ ਵੇਖ ਲਓ, ਕਿਤੇ ਇੱਕ ਬੂੰਦ ਵੀ ਨਹੀਂ ਨਿਕਲਣ ਡਈ, ਵੀ ਬੂੰਦ ਹੀ ਨਿਕਲ ਆਵੇ।